Oh.
गोचर प्रभ अविनाशी पूरे गुर ते जाते ब्रह्म को काट किए ने केवल जपते हों मैं मारी जन्म मरण को चूको सैसा साध संगत दर्द चरण पखार करूं गुर सेवा बार जाऊं लख बरिया जे प्रसादे भौजल तरिया जन नानक प्रिय संग मिरिया जन नानक प्रिय संग मिरिया किसे दा कोई ये पढ़ाई गुरु अंगद साहब ने कराई है सारी मंजनी माणी एक तू मंजनी माणी जितना आवई कुछ बिन कवन हमारा बोलो कुछ बिन कवन हमारा तू मेरा पिता तू है मेरा माता तू मेरा बंधप तू मेरा प्राता तू मेरा राखा सपनी थाई तापों के हकारा जियो ਘਰ ਬਾਹਰ ਤੇਰਾ ਪਰਵਾਸਾ ਤੁਝ ਬਿਨ ਕਵਣ ਹਮਾਰਾ ਘਰ ਬਾਹਰ ਤੇਰਾ ਪਰਵਾਸਾ ਤੂੰ ਜਣ ਕੇ ਹੈ ਸੰਗ ਕਰ ਕਿਰਪਾ ਪ੍ਰੀਤਮ ਪ੍ਰਭ ਆਪਣੇ ਨਾਮ ਜਪੂ ਹਰ ਰੰਗ ਆਏ ਕਰੋ
ਸਾਧਨ ਬੋਲੋ ਸਾਰੇ ਨਹੀਂ ਜੇ ਬੋਲ ਰਹੇ ਮੇਰੇ ਪ੍ਰੀਤਮ ਪ੍ਰਾਣ ਆਧਾਰਾ ਜੇ ਜਪਾਂਗੇ ਸਾਡਾ ਹੀ ਭਲਾ
ਦੀ ਸੰਗਤ ਬੋਲੋ ਅਮਰਤ ਕੀਰਤਨ ਸੇਵਾ ਸੁਸਾਇਟੀ ਸ਼੍ਰੀ ਗੁਰੂ ਰਾਮਦਾਸ ਸੰਗਤ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਇਸ ਪਵਿੱਤਰ ਸਥਾਨ ਵਿਖੇ ਅੱਜ ਦੀਵਾਨ ਵਿੱਚ ਜੁੜ ਬੈਠੇ ਹਾਂ। ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਿਨ੍ਹਾਂ ਦੀ ਪਾਵਨ ਗੋਦ ਵਿੱਚ ਜੁੜੇ ਹਾਂ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਸੋਹਣੇ ਪ੍ਰਕਾਸ਼ ਪੁਰਬ ਮਨਾਏ ਜਾ ਰਹੇ। ਇੱਕ ਵਾਰੀ ਰਸਨਾ ਪਵਿੱਤਰ ਕਰੋ, ਗੱਜ ਕੇ ਆਖੋ ਸਤਨਾਮ ਚਲਦੇ ਕੀਰਤਨ ਦੇ ਵਿੱਚ। ਸਤਿਕਾਰਯੋਗ ਮਾਤਾ ਵਿਪਨ ਪ੍ਰੀਤ ਕੌਰ ਜੀ ਸੰਗਤਾਂ ਸਮੇਤ ਪਹੁੰਚੇ ਨੇ। ਦਾਸ ਪ੍ਰਬੰਧਕਾਂ ਵੱਲੋਂ, ਸਟੇਜ ਵੱਲੋਂ ਰੋਮ ਰੋਮ ਰਾਹੀਂ ਉਹਨਾਂ ਨੂੰ ਜੀ ਆਇਆਂ ਨੂੰ ਆਖਦਾ, ਜੀ ਆਇਆਂ ਨੂੰ ਜਿਨ੍ਹਾਂ ਰਾਹਾਂ ਤੋਂ ਆਏ ਉਹਨਾਂ ਰਾਹਾਂ ਤੋਂ ਸਦਕੇ ਆਓ, ਸੁਰਤੀਆਂ ਲੈ ਜਾਓ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਚਰਨਾਂ। ਇਹ ਉਹ ਸਮਾਂ ਸੀ ਜਦੋਂ ਗੁਰੂ ਰਾਮਦਾਸ ਜੀ ਨੇ ਗੁਰਿਆਈ ਧੰਨ ਗੁਰੂ ਅਰਜਨ ਦੇਵ ਜੀ ਨੂੰ ਦਿੱਤੀ। ਗੁਰੂ ਅਰਜਨ ਦੇਵ ਜੀ ਪਹਿਲੇ ਗੋਇੰਦਵਾਲ ਨਿਵਾਸ ਰੱਖਿਆ, ਜਦੋਂ ਗੁਰੂ ਰਾਮਦਾਸ ਜੀ ਨੇ ਡਿਊਟੀ ਲਾਈ ਵੀ ਹਰਿਮੰਦਰ ਸਾਹਿਬ ਦੀ ਸਾਰੀ ਸੇਵਾ ਸੰਪੂਰਨ ਕਰਾਉਣੀ, ਉਦੋਂ ਗੁਰੂ ਅਰਜਨ ਦੇਵ ਜੀ ਗੋਇੰਦਵਾਲ ਸਾਹਿਬ ਜੀ ਨੂੰ ਛੱਡ ਕੇ ਤੇ ਅੰਮ੍ਰਿਤਸਰ ਨਿਵਾਸ ਕਰ ਲਿਆ। ਆਖੋ ਜਿਹੜਾ ਅੱਜ ਇਤਿਹਾਸ ਸਾਂਝਾ ਕਰਨ ਲੱਗਾ ਦਾਸ ਮਹਾਰਾਜ ਜੀ ਸੇਵਾ ਲੈਣ, ਇਹ ਉਦੋਂ ਦਾ ਜ਼ਿਕਰ ਹੈ। ਗੋਇੰਦਵਾਲ ਸਾਹਿਬ ਤੋਂ ਚੱਲ ਕੇ ਗੁਰੂ ਅਰਜਨ ਦੇਵ ਜੀ ਅੰਮ੍ਰਿਤਸਰ ਆ ਗਏ। ਕਈਆਂ ਨੂੰ ਪਤਾ ਸੀ ਤੇ ਕਈਆਂ ਨੂੰ ਨਹੀਂ ਸੀ ਪਤਾ। ਅੱਜ ਵਾਂਗੂ ਸਮਾਂ ਨਹੀਂ ਸੀ ਵੀ ਮੀਡੀਆ ਹੈਗਾ, ਪੇਪਰ ਨੇ, ਸੋਸ਼ਲ ਮੀਡੀਆ। ਅੱਜ ਕੁਝ
ਚਿਰਾਂ ਦੇ ਵਿੱਚ ਹੀ ਖਬਰ ਦੁਨੀਆ ਵਿੱਚ ਘੁੰਮ ਜਾਂਦੀ ਪਹਿਲੇ ਖਬਰ ਦਾ ਪਤਾ ਮਹੀਨਿਆਂ ਤੱਕ ਲੱਗਦਾ ਹੁੰਦਾ ਸੀ ਕੋਈ ਜਦੋਂ ਬੰਦਾ ਪਹੁੰਚਦਾ ਸੀ ਫਿਰ ਆਪਣੇ ਨਗਰ 'ਚ ਪਹੁੰਚਣਾ ਹੁਣ ਕਈਆਂ ਦੇ ਭਾਣੇ ਗੁਰੂ ਅਰਜਨ ਦੇਵ ਜੀ ਗੋਇੰਦਵਾਲ ਨੇ ਆਗਰੇ ਦੀ ਸੇਵਾ ਉਸ ਵੇਲੇ ਕਰ ਰਹੇ ਸਨ ਭਾਈ ਗੁਰਦਾਸ ਜੀ ਆਖੋ ਗੁਰੂ ਰਾਮਦਾਸ ਜੀ ਨੇ ਭਾਈ ਗੁਰਦਾਸ ਜੀ ਦੀ ਡਿਊਟੀ ਆਗਰੇ ਲਾਈ ਸੀ ਪ੍ਰਚਾਰ ਕਰਨ ਵਾਸਤੇ ਤੇ ਭਾਈ ਗੁਰਦਾਸ ਜੀ ਨੂੰ ਜਦੋਂ ਪਤਾ ਲੱਗਾ ਵੀ ਗੁਰਿਆਈ ਗੁਰੂ ਅਰਜਨ ਦੇਵ ਜੀ ਨੂੰ ਮਿਲੀ ਉਹ ਸੰਗਤਾਂ ਲੈ ਕੇ ਤੇ ਦਰਸ਼ਨ ਕਰਨ ਆਏ ਨੇ ਆਗਰੇ ਤੋਂ ਗੋਇੰਦਵਾਲ ਤੇ ਜਦੋਂ ਗੋਇੰਦਵਾਲ ਸਾਹਿਬ ਪਹੁੰਚੇ ਤੇ ਗੋਇੰਦਵਾਲ ਸਾਹਿਬ ਪਿੱਛੇ ਦਰਿਆ ਲੱਗਦਾ ਸੀ ਆਖੋ ਸਾਰੇ ਆਖੋ ਜੀ ਹੁਣ ਦਰਿਆ ਪਰੇ ਚਲਾ ਗਿਆ ਪਹਿਲੇ ਬਿਲਕੁਲ ਨਾਲ ਲੱਗਦਾ ਸਮੇਂ ਸਮੇਂ ਨਾਲ ਦਰਿਆ ਵੀ ਜਗ੍ਹਾ ਬਦਲਦੇ ਆ ਆਖੋ ਸਾਰੇ ਆਖੋ ਜੀ ਹੁਣ ਗੌਰ ਕਰਨਾ ਕਹਿੰਦੇ ਭਾਈ ਗੁਰਦਾਸ ਜੀ ਜਦੋਂ ਸੰਗਤਾਂ ਸਮੇਤ ਪਹੁੰਚੇ ਨਾ ਦਰਸ਼ਨ ਕਰਨ ਸਮਾਂ ਚੜ ਗਿਆ ਸੀ ਰਾਤ ਪੈ ਗਈ ਅੱਗੇ ਆ ਗਿਆ ਦਰਿਆ ਤੇ ਉਦੋਂ ਦਰਿਆਵਾਂ ਤੇ ਪੁੱਲ ਨਹੀਂ ਸੀ ਹੁੰਦੇ ਬੇੜੀਆਂ ਦੇ ਸਹਾਰੇ ਦਰਿਆ ਪਾਰ ਕਰਦੇ ਸੀ ਤੇ ਹੁਣ ਬੇੜੀਆਂ ਵਾਲੇ ਘਰੋਂ ਘਰੀ ਚਲੇ ਗਏ ਹੋਏ ਸਨ ਉਹ ਦਿਨੇ ਚੱਲਦੀਆਂ ਸਨ ਰਾਤੀ ਚੱਲਦੀਆਂ ਨਹੀਂ ਸਨ ਆਗਰੇ ਤੋਂ ਸੰਗਤ ਲੈ ਕੇ ਭਾਈ ਗੁਰਦਾਸ ਜੀ ਪਹੁੰਚੇ ਹੁਣ ਬੇੜੀਆਂ ਹੈ ਨਹੀਂ ਹਨੇਰਾ ਪੈ ਗਿਆ ਹੋਇਆ ਉੱਤੋਂ ਥੋੜ੍ਹੀ ਥੋੜ੍ਹੀ ਠੰਡ ਵਧਣ ਲੱਗ ਪਈ ਭਾਈ ਗੁਰਦਾਸ ਜੀ ਸੋਚਣ ਬੇੜੀਆਂ ਸਵੇਰੇ ਆਉਣੀਆਂ ਰਾਤ ਕਿਵੇਂ ਇੱਥੇ ਟਿਕਾਵਾਂਗੇ ਤੇ ਪਿਛਲਾ ਇਲਾਕਾ ਜੰਗਲ ਦਾ ਸੀ ਆਖੋ ਜੰਗਲ ਵਿੱਚੋਂ ਹੋਰ ਜਾਨਵਰਾਂ ਦੀ ਵੀ ਡਰ ਦੀ ਉਮੀਦ ਸੀ ਕਹਿੰਦੇ ਭਾਈ ਗੁਰਦਾਸ ਜੀ ਸੋਚਣ ਹੁਣ ਇੱਥੇ ਪ੍ਰਸ਼ਾਦਾ ਵੀ ਨਹੀਂ ਹੋਣਾ ਰਾਤ ਠੰਡ ਵੀ ਪਈ ਜਾ ਰਹੀ ਹੈ ਵਧੀ ਜਾ ਰਹੀ ਹੈ ਬੇੜੀਆਂ ਸਵੇਰੇ ਆਉਣੀਆਂ ਤੇ ਇਹ ਕਿਵੇਂ ਚੱਲੇਗਾ ਸੋਚ ਸੋਚ ਕੇ ਭਾਈ ਗੁਰਦਾਸ ਜੀ ਅਰਦਾਸ ਕਰਦੇ ਨੇ ਸਤਿਗੁਰੂ ਤੁਸੀਂ ਕਿਰਪਾ ਕਰੋ ਵੀ ਸੰਗਤ ਦੀ ਜ਼ਿੰਮੇਵਾਰੀ ਹੁੰਦੀ ਹੈ ਪ੍ਰਬੰਧਕ ਲੈ ਕੇ ਜਾਂਦੇ ਹੈ ਸਾਰਾ ਜ਼ਿੰਮੇਵਾਰੀ ਹੁੰਦੀ ਹੈ ਕਹਿੰਦੇ ਇੰਨੇ ਚਿਰ ਨੂੰ ਭਾਈ ਗੁਰਦਾਸ ਜੀ ਹਜੇ ਸੋਚਦੇ ਪਏ ਹੈ ਤੇ ਕੁਝ ਦੂਰੀ ਤੇ ਜਿਹੜੀ ਹੁਣ ਸੰਗਤ ਸੀ ਨਾ ਆਈ ਨਾਲ ਉਹਨਾਂ ਵਿੱਚੋਂ ਇੱਕ ਸਿੱਖ ਬਾਣੀ ਪੜ ਰਿਹਾ ਸੀ ਉੱਚੀ ਉੱਚੀ ਆਖੋ ਸਾਰੇ ਆਖੋ ਜੀ ਹੁਣ ਜਿਹੜਾ ਬਾਣੀ ਪੜ ਰਿਹਾ ਸੀ ਨਾ ਉਹਨੇ ਬਾਣੀ ਪੜਦਿਆਂ ਸ਼ਬਦ ਪਤਾ ਕਿਹੜਾ ਪੜਨ ਲੱਗ ਪਿਆ ਗੁਰ ਕਾ ਬਚਨ ਬਸੈ ਜੀ ਨਾਲ ਇਹਦੇ ਚ ਇੱਕ ਪੰਕਤੀ ਅੱਗੇ ਆਉਂਦੀ ਹੈ ਜਲ ਨਹੀਂ ਡੁੱਬੇ ਸਾਰਿਆਂ ਨੂੰ ਪੰਕਤੀ ਯਾਦ ਹੋਏਗੀ ਬੋਲੋ ਜਲ ਨਹੀਂ ਤਸਕਰ ਨਹੀਂ ਭਾਏ ਨਾ ਸਾਕੇ ਇਹਦੇ ਬੜੇ ਸੌਖੇ ਆ ਵੀ ਜਿਹੜਾ ਗੁਰੂ ਦਾ ਬਚਨ ਕਮਾਉਂਦਾ ਜਿਹੜਾ ਗੁਰੂ ਦਾ ਬਚਨ ਜਪਦਾ ਉਹਨੂੰ ਪਾਣੀ ਡੋਬਦਾ ਨਹੀਂ ਹੈਗਾ ਆਖੋ ਉਹਨੂੰ ਅੱਗ ਸਾੜ ਨਹੀਂ ਸਕਦੀ ਉਸ ਜਪੇ ਨੂੰ ਚੋਰ ਚੁਰਾ ਨਹੀਂ ਸਕਦੇ ਆਖੋ ਉਹ ਸਿੱਖ ਨੇ ਜਿਉਂ ਹੀ ਬਾਣੀ ਪੜ੍ਹੀ ਨਾ ਤੇ ਭਾਈ ਗੁਰਦਾਸ ਜੀ ਦੇ ਕੰਨਾਂ 'ਚ ਬਾਣੀ ਦੀ ਪੰਕਤੀ ਪਈ ਤੇ ਹੁਣ ਗੌਰ ਕਰਿਓ ਭਾਈ ਗੁਰਦਾਸ ਜੀ ਝੂਮਣ ਲੱਗ ਪਏ ਕਹਿੰਦੇ ਮੈਂ ਮੂਰਖ ਦਾ ਮੂਰਖ ਹੀ ਰਿਹਾ ਵੇਖੋ ਨਿਮਰਤਾ ਕਿੱਡੀ ਕਹਿੰਦੇ ਮੈਂ ਮੂਰਖ ਦਾ ਮੂਰਖ ਹੀ ਰਿਹਾ ਮੈਨੂੰ ਇਹ ਵੀ ਨਹੀਂ ਪਤਾ ਵੀ ਬਾਣੀ ਨੇ ਅਗਵਾਈ ਕਰ ਦਿੱਤੀ ਏ ਵੀ ਮੈਂ ਐਵੇਂ ਡੋਲੀ ਜਾ ਰਿਹਾ ਮੈਂ ਐਵੇਂ ਘਬਰਾਈ ਜਾ ਰਿਹਾ ਵੀ ਠੰਡ ਵੱਧ ਗਈ ਏ ਬੇੜੀਆਂ ਸਵੇਰੇ ਆਣੀਆਂ ਪਿੱਛੇ ਜੰਗਲ ਏ ਰੋਟੀ ਦਾ ਪ੍ਰਬੰਧ ਨਹੀਂ ਪਰ ਮਹਾਰਾਜ ਜੀ ਨੇ ਤੇ ਮੈਨੂੰ ਅਗਵਾਈ ਦੇ ਦਿੱਤੀ ਏ ਰਸਤਾ ਦੇਤਾ ਵੀ ਜਿਹੜੀ ਬਾਣੀ ਤੇ ਜਪਿਆ ਭਵ ਸਾਗਰ ਪਾਰ ਕਰ ਜਾਈਦਾ ਤੂੰ ਆ ਦਰਿਆ ਤੋਂ ਡਰਦਾ ਪਿਆ ਤੂੰ ਵਾਹਿਗੁਰੂ ਜਪਦਾ ਦਰਿਆ ਚ ਆ ਜਾ ਤੈਨੂੰ ਇਹ ਜਲ ਡੋਬ ਨਹੀਂ ਸਕੇਗਾ ਲਓ ਜਕਾਰਾ ਸੰਗਤ ਜੀ ਗੱਜ ਗਏ
تینو جل نہیں ڈوب سکتا ہن غور کریو اے تواڈے جو رنگیاں روحاں نو پتہ ہے جڑے کمائی والے گرسکھ ہوندے ہیں نا بانی تو گواہی لے لیندے ہیں آکھو بانی گواہی کردی بابا نانک سنگھ جی بانی گلاں کردی جڑے رنگے ہویاں روحاں ہیں وہ بانی نال گلاں کردے بابا نانک سنگھ جی ایک دن پرشادا شکن لگے ادھر پرشادا شکن لگے نال دے تھوڑی ویتھ دے کا کمرہ سی وچ پاٹ چل رہے سن پاٹھی سنگھ نے پاٹ اچھی اچھی کرنا شروع کر تے پاٹ اچھی اچھی کرنا شروع کیتا نا تے فرید جی دے سلوک چل رہے سن تے سلوک آگے فریدہ رکھی سکھی کھائے کے ٹھنڈا پانی دیکھ پر آئی چوپڑی مت ترسائے تے نال ہی بابا جی نے بابا عشق سی نو واج مار کے کہندے بھاجا لے جا یہ سبزی لے جا کہندے سکی روٹی لیا کیونکہ جڑی روٹی آئی سی چوپڑی ہوئی سی اکھو بھاجی بھی نہیں لینی سکی روٹی لیا تے پانی لیا کہندے بابا جی دس منٹ پہلے آپ جی نے کہا سی بھوک لگی ہے کہندے کی کریے سی تے شکن لگے ساں پر بانی نے اگوائی دتی یہ بھی رکھی سکی کھائے کے ٹھنڈا پانی پیو اکھو گرو دے سکھ پانی تو گواہی لے تو آڈے جو بڑیاں روحاں دس دی ہیں کہ ساڈے اندر آ مسئلہ چلدا پیا سی اسی گردوارے گئے گرو کے وزیر سنگھ نے حکم نامہ لیا تے جواب مل گیا اکھو بانی گلاں کر دی کئیاں نو راکی سنگھاں دے شبد نال جواب مل جاندا ہے غور کرو کئی ہرمندر صاحب جاندے نے تے جڑی چندوے صاحب دے اوتے پنکتی لکھی ہوندی نا کئیاں نو اودے چ جواب مل جاندا ہے اکھو سارے اکھو جی شردا والے بانی تو اگوائی لے لیندے میرے خود نال بیتی ماتا جی بیٹھے نے گملا تھوڑا پرے کر دیو گملا چک کے ادھر کر دیو مہاپرکھاں دے درشن ہوئی جان گے تے مینوں نا مدراس تو ایک فون آیا ہاں جی ماتا جی مدراس تو فون آیا مینوں فون وچ پتہ کی کہندے فون وچوں مینوں کہندے بھی لٹل بھاجی تہاڈے نال ضروری کام ہے میں اودوں شہیداں دے نا اندر وڑن لگا ساں شام دے 7:30 دا ٹائم سی 7:30 بجے نے میں گڈی پارک کردا پیا سنگھی نے مدراس والے انہاں دا مینوں فون آیا کہندے ساڈے منڈے دا نا واسطے کڑی ویکھن اسی دلی آئے ہاں ایک ہوٹل وچ بیٹھے ہاں تے کڑی والے بریلی تو آئے ہیں سنیو کڑی والے بریلی تو آئے ہیں اسی مدراس تو آئے ہاں تے دلی سینٹر پوائنٹ رکھ لیا سی بھی ایتھے منڈا کڑی ایک دوجے نوں ویکھ لین گے میں کہا اچھا کہندے منڈے نوں کڑی پسند ہے کڑی نوں منڈا پسند ہے میں کہا ٹھیک ہے مینوں ساری گل دسن لگ پئی کہندے سانوں وی پروار پسند ہے بچی پسند ہے تے کڑی والیاں نوں وی اسی پسند آ تے میں کہا پھر کہندے بس ایکو دقت آ رہی ہے سنیو کڑی نوں منڈا پسند ہے منڈے نوں کڑی پسند ہے سانوں پروار پسند ہے کڑی وی پسند ہے کڑی دے پروار والے نوں ساڈا پروار وی پسند ہے منڈا وی پسند ہے کوئی رکاوٹ نہیں آ رہی مینوں کہندے ایکو دقت آ رہی ہے میں کہا کی کہندے جدا ہوندا ہے نا بھی کڑی بہت سونی ہوے ہر بندہ سوچدا او تھوڑے وڈے پروار دے سن زیادہ شوہکاری سی منڈے والیاں دی کہندے بھی جدا ہوندا نا بھی کڑی بہت سونی ہے اداں دی بہت سونی نہیں ہیگی ٹھیک ہے بھی سونی ہے میں سندا پیا ساری گل تے کہندے بس اے دقت آ رہی ہے بھی جدا بھی کڑی بہت سونی نہیں ہیگی بھی سونی ہے اوداں سب نوں سب کوئی پسند ہے تے میں کہ پھر دقت کی ہے کہندے دقت یہ ہے بھی سانوں سمجھ نہیں آ رہی کی کریے تے مینوں پتہ کی کہندے کہندے تسی دسو کی کریے آکھو ہن میں پنگے چ پی گیا بھی میں اتھے امرسر ہاں بھی تسی آپ چ دیکھ دکھا کر رہے ہو سب نوں سب کچھ پسند ہے پر سب دے باوجود ایک کوشچن مارک لاتا ہے تے گل میرے تے چھڈتی بھی تسی دسو جو تسی کہو گے کی کریے
ਮੈਂ ਕਹਾਂ ਜੀ ਮੈਂ ਇਹਦੇ 'ਚ ਕੀ ਕਹਿ ਸਕਦਾ, ਤੁਸੀਂ ਮੁੰਡੇ ਨੂੰ ਪੁੱਛ ਲਓ, ਜੇ ਮੁੰਡੇ ਨੂੰ ਤੁਸੀਂ ਜਿੱਦਾਂ ਕਹਿੰਦੇ ਵੀ ਕੁੜੀ ਬਹੁਤ ਸੋਹਣੀ ਨਹੀਂ, ਮੁੰਡੇ ਨੂੰ ਜੇ ਸੋਹਣੀ ਲੱਗਦੀ ਜਿੱਦਾਂ ਕਹਿੰਦੇ ਨਹੀਂ, ਸਾਡੇ ਪਰਿਵਾਰਾਂ 'ਚ ਬੱਚਿਆਂ ਨੂੰ ਅਖਤਿਆਰ ਨਹੀਂ ਦਿੰਦੇ, ਅਸੀਂ ਵੱਡਿਆਂ ਨੇ ਹੀ ਫੈਸਲਾ ਕਰਨਾ ਜੋ ਕਰਨਾ। ਤੇ ਮੈਂ ਕਿਹਾ ਫਿਰ ਜੇ ਸਭ ਕੁਝ ਠੀਕ ਹੈ ਤੇ ਮੈਂ ਕਿਵੇਂ ਦੱਸ ਸਕਦਾ, ਮੈਂ ਇੱਥੇ ਬੈਠਾ ਤੁਸੀਂ ਦਿੱਲੀ ਬੈਠੇ ਹੋ, ਤੇ ਜਾਂ ਮੈਂ ਕਿਹਾ ਮੈਨੂੰ ਟਾਈਮ ਦਿਓ ਕੱਲ ਦੱਸਣਾ। ਕਹਿੰਦੇ ਨਾਲ ਹੀ ਉਹਨਾਂ ਨੇ ਦੂਜੀ ਕੰਡੀਸ਼ਨ ਰੱਖਤੀ, ਹੁਣੇ ਡਿਸੀਜਨ ਲੈਣਾ ਵੀ ਅਸੀਂ ਸਾਰੇ ਉੱਥੋਂ ਆਏ ਹਾਂ ਮਦਰਾਸ ਤੋਂ, ਉਹ ਬਰੇਲੀ ਤੋਂ ਆਏ ਆ, ਕੱਲ੍ਹ ਤੇ ਗੱਲ ਵੀ ਨਹੀਂ ਪਾਣੀ। ਮੈਂ ਫਿਰ ਇੱਕੋ ਗੱਲ ਕਹੀ, ਮੈਂ ਕਿਹਾ ਮੈਨੂੰ ਤਾਂ ਫਿਰ ਇਹੀ ਸਮਝ ਆਉਂਦਾ, ਮੈਨੂੰ ਅੱਧਾ ਘੰਟਾ ਦੇ ਦਿਓ, ਮੈਂ ਸ਼ਹੀਦਾਂ ਦੇ ਅੰਦਰ ਹੀ ਚੱਲਾਂ। ਆਖੋ ਹੁਣ ਗੱਲ ਨੂੰ ਸਮਝਣਾ ਹੈ ਮਾਤਾ ਜੀ। ਮੈਂ ਕਿਹਾ ਫਿਰ ਮੈਨੂੰ ਅੱਧਾ ਘੰਟਾ ਦੇ ਦਿਓ, ਵੀ ਜਿੱਦਾਂ ਤੁਸੀਂ ਕਨਫਿਊਜ਼ ਹੋ ਤੁਸੀਂ ਮੈਨੂੰ ਵੀ ਕਰਤਾ, ਅਤੇ ਮੈਂ ਫਿਰ ਤਾਂ ਜਵਾਬ ਬਾਬਾ ਦੀਪ ਸਿੰਘ ਜੀ ਕੋਲੋਂ ਹੀ ਲੈਂਦਾ ਵਾ, ਅੰਦਰ ਜਾ ਕੇ ਅੱਧੇ ਘੰਟੇ ਬਾਅਦ ਮੈਂ ਨਿਕਲਾਂਗਾ, ਮੈਂ ਤੁਹਾਨੂੰ ਫੋਨ ਕਰ ਦਾਂਗਾ। ਕਹਿੰਦੇ ਕੋਈ ਨਹੀਂ, ਫਿਰ ਅਸੀਂ ਉਨੀ ਦੇ ਡਿਨਰ ਕਰਦੇ ਹਾਂ, ਤੁਸੀਂ ਸਾਨੂੰ ਅੱਧੇ ਘੰਟੇ ਬਾਅਦ ਦੱਸ ਦੇਣਾ। ਅਤੇ ਹੁਣ ਜਦੋਂ ਮੈਂ ਅੰਦਰ ਗਿਆ ਨਾ, ਜੋੜੇ ਲਾਹਨਾ ਪਿਆ, ਅਤੇ ਮੇਰੇ ਅੰਦਰ ਦੋ ਚੀਜ਼ਾਂ ਚੱਲਣ, ਵੀ ਜਾਂ ਤਾਂ ਹੁਕਮਨਾਮੇ ਨੂੰ ਜਵਾਬ ਸਮਝਾਂ, ਅਤੇ ਜਾਂ ਜਿਹੜਾ ਰਾਗੀ ਸ਼ਬਦ ਪੜ੍ਹਦੇ ਹੋਣਗੇ ਨਾ ਉਹ ਜਵਾਬ ਸਮਝਾਂ। ਆਖੋ ਵੀ ਕੀ ਸਮਝਾਂ ਜਵਾਬ, ਕਿਉਂਕਿ ਮਹਾਂਪੁਰਖ ਸਮਤ ਦਿੰਦੇ ਨੇ ਰਾਗੀ ਕੀਰਤਨ ਕਰਦੇ ਹੋਣ ਉਹ ਪੰਕਤੀ ਵੀ ਜਵਾਬ ਬਣ ਜਾਂਦੀ ਏ, ਗੁਰੂ ਗ੍ਰੰਥ ਸਾਹਿਬ ਜੀ ਦਾ ਹੁਕਮਨਾਮਾ ਉਹ ਵੀ ਜਵਾਬ ਬਣ ਜਾਂਦਾ। ਹਜੇ ਮੈਂ ਸੋਚਦਾ ਹੀ ਪਿਆ, ਜੋੜੇ ਲਾਂਦਿਆਂ ਲਾਂਦਿਆਂ ਤੇ ਸਪੀਕਰ ਲੱਗੇ ਹੁੰਦੇ ਆ, ਹੁਣ ਗੌਰ ਕਰਿਓ ਸ਼ਬਦ ਪਤਾ ਕਿਹੜਾ ਲੱਗਾ ਸੀ ਉਦੋਂ। ਹਜੇ ਮੈਂ ਹਜੇ ਸੋਚਦਾ ਪਿਆ ਵੀ ਜਵਾਬ ਕਿਹਨੂੰ ਲੈਣਾ, ਤੇ ਸਾਧ ਸੰਗਤ ਕੰਨਾਂ ਵਿੱਚ ਸ਼ਬਦ ਪਿਆ, ਧੰਨ 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 ਜਾਣੇ ਆਇਆ। ਆਖੋ ਹੁਣ ਗੌਰ ਕਰਨਾ, ਪਹਿਲਾ ਸ਼ਬਦ ਮੇਰੇ ਕੰਨਾਂ 'ਚ ਆ ਪਿਆ, ਧੰਨ 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 ਜਾਣੇ ਆਇਆ ਜਿਸ ਪ੍ਰਸਾਦ ਸਭ, ਮੈਨੂੰ ਇੰਝ ਲੱਗਾ ਵੀ 20% ਹਾਂ ਹੈ। ਆਖੋ ਮਹਾਰਾਜ ਦੇ ਕਹਿੰਦੇ ਵੀ ਜਿਹੜਾ ਜਨ ਆਉਣਾ, ਕਿਉਂਕਿ ਅਸੀਂ ਮੁੰਡੇ ਵਾਲਿਆਂ ਵੱਲੋਂ ਸਾਂ, ਸਾਨੂੰ ਤਾਂ ਕੁੜੀ ਬਾਰੇ ਡਿਸੀਜਨ ਲੈਣਾ ਸੀ। ਮੈਂ ਕਹਿੰਦੀ ਹਜੇ ਮੈਂ ਡਿਸੀਜਨ ਨਹੀਂ ਲਿੱਤਾ ਵੀ ਸ਼ਬਦ ਨੂੰ ਜਵਾਬ ਸਮਝਣਾ ਕਿ ਹੁਕਮਨਾਮੇ ਨੂੰ। ਹੁਣ ਜਦੋਂ ਮੈਂ ਦੇਖ ਲੈਂਦਾ ਪਿਆ, ਅਤੇ ਮੈਂ ਕਿਹਾ ਕੀ ਹਜੇ ਮੈਂ ਸੋਚਦਾ ਪਿਆ ਵੀ ਕਿ ਅਰਦਾਸ ਤੋਂ ਬਾਅਦ ਉਹਨੂੰ ਜਵਾਬ ਲਵਾਂਗਾ, ਅਤੇ ਸਾਧ ਸੰਗਤ ਇੰਨੇ ਚਿਰ ਨੇ ਰਾਗੀਆਂ ਨੇ ਨਾ ਸ਼ਬਦ ਬਦਲਤਾ, ਪਹਿਲਾ ਸ਼ਬਦ ਮੁੱਕਿਆ ਅਤੇ ਹੁਣ ਰਾਗੀ ਦੂਜਾ ਸ਼ਬਦ ਪਤਾ ਕਿਹੜਾ ਲਾਉਂਦੇ ਪਏ ਨੇ, ਆਵੋ ਮੀਤ ਮੰਗਲ ਗਾਵੋ। ਹੁਣ ਤੁਸੀਂ ਪੜ੍ਹੇ ਲਿਖੇ ਸੂਝਵਾਨ ਜਿਹੜੇ ਜੁੜੀਆਂ ਰੂਹਾਂ, ਉਹਨਾਂ ਨੂੰ ਸਮਝ ਆ ਜਾਏਗੀ ਵੀ ਜਵਾਬ ਕੀ ਆ ਰਿਹਾ। ਆਵੋ ਮੀਤ ਪਿਆਰੇ, ਵੀ ਜਿੰਨੇ ਜੀ ਬਣ ਕੇ ਆਉਣਾ ਘਰ ਵਿੱਚ ਮੰਗਲ ਗਾਵੋ ਨਾਰੇ, ਅਖੀਲੀਆਂ ਪੰਕਤੀਆਂ ਆ ਜਾਂਦੀਆਂ, ਸਖੀ ਮਿਲੋ ਰਸ ਮੰਗਲ ਗਾਵੋ ਹਮਕਾਰ। ਤੇ ਜਦੋਂ ਮੈਨੂੰ ਇੰਝ ਲੱਗਾ ਵੀ 50 ਪੈ ਮਹਾਰਾਜ ਨੇ ਹਾਂ ਕਰਤੀ ਏ, ਪਰ ਮੈਂ ਹੁਣ ਅਰਦਾਸ ਕੀਤੀ ਮਹਾਰਾਜ ਜੀ ਜੋ ਹੁਕਮਨਾਮਾ ਹੋਏਗਾ ਮੈਂ ਉਹਨੂੰ ਜਵਾਬ ਸਮਝਾਂਗਾ। ਆਖੋ ਤੇ ਸਾਧ ਸੰਗਤ ਜਦੋਂ ਅਰਦਾਸ ਕਰਕੇ ਮੈਂ ਹੁਕਮਨਾਮਾ ਪੜਿਆ ਨਾ, ਤੇ ਹੁਕਮਨਾਮਾ ਪਤਾ ਕਿਹੜਾ ਸੀ, ਜਿੰਨੀ ਸਤਿਗੁਰ ਸੇਵਿਆ ਪਿਆਰੇ ਤਿੰਨ ਕੇ ਸਾਥ ਤਰੇ। ਆਖੋ ਵੀ ਜਿਹੜੇ ਰੱਬ ਦਾ ਨਾਮ ਜਪਦੇ ਨੇ ਨਾ, ਉਹਨਾਂ ਦੇ ਸੰਗ ਉਹ ਤਿੰਨ ਕੇ ਸਾਥ ਤਰੇ, ਵੀ ਇਹੋ ਜਿਹਾ ਸਾਥ ਬਣ ਜਾਂਦਾ ਵੀ ਪਾਰ ਉਤਾਰਾ ਹੋ ਜਾਂਦਾ। ਉਦੋਂ ਇੰਜ ਲੱਗਾ ਵੀ ਜਿਵੇਂ ਗੁਰੂ ਸਾਹਿਬ ਬਾਣੀ ਨਾਲ ਮੋਹਰ ਤੇ ਮੋਹਰ ਲਾਈ ਜਾ ਰਹੇ ਹੈ। ਹੁਣ ਜਦੋਂ ਮੈਂ ਬਾਹਰ ਆਇਆ ਨਾ, ਤੇ ਮੇਰੇ ਅੰਦਰ ਕੋਈ ਡਾਊਟ ਨਹੀਂ ਸੀ, ਉਹਨਾਂ ਦੀਆਂ ਦੋ ਤਿੰਨ ਗੱਲਾਂ ਆ ਚੁੱਕੀਆਂ ਸਨ। ਜਦੋਂ ਮੈਂ ਬੈਕ ਕਾਲ ਕੀਤੀ ਤੇ ਮੈਂ ਫਿਰ ਗੁਰੂ ਦੇ ਭਰੋਸੇ ਕਿਹਾ, ਮੈਂ ਕਿਹਾ ਡਟ ਕੇ ਕਰ ਦਿਓ ਗੁਰੂ ਸਾਹਿਬ ਵੱਲੋਂ ਹਾਂ ਹੀ ਹਾਂ ਏ, ਇੱਕ ਲਾਹ ਜਕਾਰਾ ਸਕਿਆ ਜੀ ਗੱਜ ਕੇ। ਭਾਈ ਗੁਰਦਾਸ ਜੀ ਡੋਲੇ ਪਏ ਸਨ, ਡਰ ਰਹੇ ਸਨ, ਪਰ ਜਦੋਂ ਸਿੱਖ ਨੇ ਬਾਣੀ ਪੜੀ ਗੁਰ ਕਾ ਬਚਨ, ਬੋਲੋ ਸਾਰੇ ਗੁਰ ਕਾ ਬਚਨ, ਜਲ ਨਹੀਂ ਡੁੱਬੇ ਤਸਕਰ ਨਹੀਂ ਲੇਵੇ ਭਾਈ ਨਾ ਸਾਕੇ ਜਾਲੇ, ਸਾਰੇ ਸ਼ੰਕੇ ਦੂਰ ਹੋ ਗਏ। ਕਹਿੰਦੇ ਮੈਂ ਮੂਰਖ ਦਾ ਮੂਰਖ ਹੀ ਰਿਹਾ, ਇੰਨੀ ਗੱਲ ਨਹੀਂ ਸਮਝ ਸਕਿਆ ਕਿ ਗੁਰੂ ਦਾ ਸ਼ਬਦ ਦਾ ਜਾਪ ਜਪਿਆ ਭਾਵ ਸਾਗਰ ਪਾਰ ਕਰ ਲਈਦਾ ਤੇ ਛੋਟਾ ਜਿਹਾ ਦਰਿਆ ਆਏ। ਆਖੋ ਤੇ ਹੁਣ ਵਿਸ਼ਵਾਸ ਨਾਲ ਕਹਿੰਦੇ ਆਓ ਸੰਗਤ ਜੀ, ਸਾਰਿਆਂ ਨੇ ਵਾਹਿਗੁਰੂ ਵਾਹਿਗੁਰੂ ਜਪਣਾ, ਇਹ ਦਰਿਆ ਕੋਈ ਰੁਕਾਵਟ ਨਹੀਂ ਬਣਦੇ। ਆਖੋ ਤੇ ਹੁਣ ਹੁਣ ਅਗਲਾ ਸਟੈਪ ਆ ਜਾਂਦਾ ਭਰੋਸੇ ਵਾਲਾ। ਹੁਣ ਦਰਿਆ ਵਿੱਚ ਪੈਰ ਰੱਖਣਾ ਹਰ ਕਿਸੇ ਦਾ ਕੰਮ ਨਹੀਂ ਹੈਗਾ। ਆਖੋ ਉਹੀਓ ਦਰਿਆ 'ਚ ਵਾਹਿਗੁਰੂ ਵਾਹਿਗੁਰੂ ਸਾਰਿਆਂ ਨੂੰ ਪਤਾ ਹੈ, ਵਾਹਿਗੁਰੂ ਨਾਮ ਜਹਾਜ਼ ਹੈ, ਚੜ੍ਹੇ ਸੁਤਰੇ ਪਾਰ, ਜੋ ਸ਼ਰਧਾ ਕਰ ਸੇਮ ਦੇ ਗੁਰ।
سارے پیر نیچے رکھ دے اویو رکھ دے جنہوں ات دا پروسا ہوئے اکھو ہن پائی گرداز جی اگے لگے تے کہندے جیوں ہی بیاسے دریا چ جل رکھیا وائگرو دا جاپ کردے پئے نے کہندے دریا نے راہ دے دتے اکھو دریا نیواں ہو گیا تے ساری سنگت مگرے مگرے بھائی گرداس جی دے وائگرو وائگرو جپدیاں دریا پار کر گئی سا سنگت کہندے کسے نو وی کوئی دقت نہیں آئی کسے نو کوئی دقت سنے سرا گنا کے گا سنے شیخ پیر سنے ہاتھ ہووے اسگا اسگا کہندے سمندر نو کہندے سمندر بھی بانی سن کے وائگرو دا جاپ سن کے ہاتھ جی نہ رہ جاندا ہے اکھو سارے اکھو جی پر بھروسے والے اکھو بھروسے والے لنگ جاندے ہے کیڑا اڑ جاندا ہے جڑا کہندا اِداں کِداں ہو سکدا ہے اکھو ڈبدا کون ہے جنوں بھروسہ نہ ہووے جنوں تریڑ ہووے دو چیزاں ہوندیاں ہیں ایک تریڑ ہوندی ہے جڑا کنفیوز ہووے او دے واسطے نہیں ہوندے یہ تے بھروسے والے واسطے ہے اج بھی چنڈی گڑھ جاؤ تہاڈے ادھروں راج پتہ نہیں او رستہ آندا کہ نہیں اسی جانے ہاں ادھروں فگواڑے والوں چنڈی گڑھ نوں روپڑ دا علاقہ آندا نا بلا چو ٹپی ہے تے جتھے او ڈیم ہے روپڑ دے وچ ਉਹਦੇ ਤੋਰੇ ਮਾਤਾ ਜੀ ਨੁੱਕਰ ਤੇ ਗੁਰਦੁਆਰਾ ਹੈ ਟਿੱਬੀ ਸਾਹਿਬ ਵੀ ਕਹਿੰਦੇ ਹੈ ਤੇ ਉਹਨੂੰ ਹੈੱਡ ਦਰਬਾਰ ਸਾਹਿਬ ਵੀ ਕਹਿੰਦੇ ਹੈ ਮਹਾਂਪੁਰਖਾਂ ਦਾ ਸੰਤ ਜਵਾਲਾ ਸਿੰਘ ਜੀ ਹਰਖੋਵਾਲ ਵਾਲਿਆਂ ਦਾ ਅੱਜ ਵੀ ਉੱਥੇ ਗੱਡੀ ਉਹ ਮੌਜੂਦ ਹੈ ਉਸ ਗੱਡੀ ਦੇ ਦਰਸ਼ਨ ਹੁੰਦੇ ਜੇ ਸੰਤ ਜਵਾਲਾ ਸਿੰਘ ਜੀ ਹਰਖੋਵਾਲ ਵਾਲੇ ਉਹਨਾਂ ਨੇ ਦਿੱਲੀ ਜਾਣਾ ਸੀ ਜ਼ਰੂਰੀ ਕੰਮ ਸੀ ਉਹ ਦਿੱਲੀ ਨੂੰ ਚਾਲੇ ਪਾਉਣ ਲੱਗੇ ਤੇ ਸੇਵਾਦਾਰ ਕਹਿੰਦੇ ਮਹਾਰਾਜ ਜੀ ਰਸਤੇ 'ਚ ਹੜ੍ਹ ਆਏ ਪਏ ਹੈ ਪੁਰਾਣਾ ਸਮਾਂ ਸੀ ਹੜ੍ਹ ਆਏ ਹੋਏ ਸੀ ਤੇ ਮਹਾਰਾਜ ਹੜ ਆਏ ਹੋਏ ਹੈ ਗੱਡੀ ਨਹੀਂ ਜਾਣੀ ਰਸਤੇ ਟੁੱਟੇ ਹੋਏ ਹੈ ਬੰਦ ਹੋਏ ਹੋਏ ਹੈ ਹੁਣ ਗੌਰ ਕਰਿਓ ਮਹਾਂਪੁਰਖ ਸੰਤ ਜਵਾਲਾ ਸਿੰਘ ਜੀ ਕਹਿੰਦੇ ਹਰਖੋਵਾਲ ਵਾਲੇ ਕਹਿੰਦੇ ਸਾਡਾ ਜਾਣਾ ਬੜਾ ਜ਼ਰੂਰੀ ਹੈ ਕੋਈ ਨਹੀਂ ਸਾਰੇ ਗੱਡੀ 'ਚ ਬੈਠੋ ਬਾਣੀ ਪੜ੍ਹੋ ਆਪਾਂ ਚੱਲ ਪਾਂਗੇ ਅੱਖੋ ਸਾਰੇ ਗੱਡੀ 'ਚ ਬਹਿ ਗਏ ਹਰੇਕ ਨੂੰ ਆਖਤਾ ਬਾਣੀ ਪੜ੍ਹੋ ਤੇ ਉੱਥੋਂ ਦਾ ਇਤਿਹਾਸ ਗਵਾ ਜੇ ਕਹਿੰਦੇ ਉਹ ਗੱਡੀ ਹੜ੍ਹ ਦੇ ਪਾਣੀਆਂ ਵਿੱਚੋਂ ਚੱਲਦੀ ਰਹੀ ਤੇ ਦਿੱਲੀ ਪਹੁੰਚ ਗਈ ਅੱਖੋ ਲਓ ਜਕਾਰਾ ਸੰਗਤ ਜੀ ਗੱਜ ਗਏ ਉਹ ਗੁਰਦੁਆਰਾ ਅੱਜ ਵੀ ਮੌਜੂਦ ਹੈ ਹੈੱਡ ਦਰਬਾਰ ਸਾਹਿਬ ਅੱਜ ਵੀ ਉਹ ਗੱਡੀ ਪਈ ਏ ਤੇ ਗੱਡੀ ਅੱਜ ਤੱਕ ਚੱਲਦੀ ਏ ਉਹਨੂੰ ਗੱਡੀ ਨੂੰ ਸਟਾਰਟ ਕਰਦੇ ਹੈ ਤੇ ਸੰਗਤਾਂ ਦੇ ਦਰਸ਼ਨ ਵਿੱਚ ਰੱਖੀ ਹੋਈ ਏ ਵੀ ਹੜਾਂ ਦੇ ਵਿੱਚ ਉਹ ਗੱਡੀ ਚੱਲੀ ਕਿਉਂ ਕਿਉਂਕਿ ਮਹਾਂਪੁਰਖ ਕਮਾਈ ਵਾਲੇ ਜਦੋਂ ਭਰੋਸਾ ਕਰਦੇ ਨੇ ਬਾਣੀ ਦੇ ਆਸਰੇ ਵੱਡੇ ਵੱਡੇ ਜਹਾਜ਼ ਪਾਰ ਕਰ ਜਾਂਦੇ ਆ ਆਖੋ ਸਾਰੇ ਆਖੋ ਜੀ ਹੁਣ ਸੰਗਤ ਜੀ ਗੌਰ ਕਰਿਓ ਭਾਈ ਗੁਰਦਾਸ ਜੀ ਨੇ ਸੰਗਤ ਨੂੰ ਇਹ ਕਿਹਾ ਵੀ ਵਾਹਿਗੁਰੂ ਵਾਹਿਗੁਰੂ ਜਪਦੇ ਆਪਾਂ ਦਰਿਆ ਪਾਰ ਕਰ ਜਾਣਾ ਤੇ ਸਾਰੀ ਸੰਗਤ ਦਰਿਆ ਪਾਰ ਕਰ ਗਈ ਆਓ ਪੰਜ ਸੱਤ ਮਿੰਟ ਇਸੇ ਤਰ੍ਹਾਂ ਸਹਿਯੋਗ ਬਖਸ਼ੋ ਨਾਲ ਨਾਲ ਪੰਕਤੀ ਪੜ੍ਹੀਏ ਪੰਜ ਮਿੰਟ ਦਾ ਇਤਿਹਾਸ ਹੋਰ ਬਾਕੀ ਹੈ ਫਿਰ ਸਮਾਪਤੀ ਕਰਾਂਗੇ ਕਰੋ ਕਿਰਪਾ ਨਾਲ ਨਾਲ ਕੀਰਤਨ ਦਾ ਰਸ ਲਓ ਜੀ ਦੂਜੇ ਬਿਨ ਕਵਨ ਸੰਗਤ ਬੋਲੋ ਸਾਰੀ ਸੰਗਤ ਮੇਰੇ ਪ੍ਰੀਤਮਾ ਬੋਲੋ ਜੀ
ਸੰਗਤ ਦਾ ਟਿਕਾਣੇ ਦਾ ਇੰਤਜ਼ਾਮ ਕੀਤਾ ਪ੍ਰਸ਼ਾਦਾ ਛਕਾਇਆ ਅਗਲੇ ਦਿਨ ਕਹਿੰਦੇ ਜਦੋਂ ਭਾਈ ਗੁਰਦਾਸ ਜੀ ਨੂੰ ਪਤਾ ਲੱਗਾ ਵੀ ਮਹਾਰਾਜ ਜੀ ਗੁਰੂ ਅਰਜਨ ਦੇਵ ਜੀ ਤੇ ਸ੍ਰੀ ਅੰਮ੍ਰਿਤਸਰ ਚਲੇ ਗਏ ਹੋਏ ਉਹਨਾਂ ਫਿਰ ਦਿਨੇ ਸੋਚਿਆ ਵੀ ਇੱਥੇ ਦਰਸ਼ਨ ਕਰਕੇ ਬਾਬਾ ਮੋਹਨ ਜੀ ਨੂੰ ਮਿਲੇ ਬਾਬਾ ਮੋਹਰੀ ਜੀ ਨੂੰ ਮਿਲੇ ਤੇ ਸ਼ਾਮੀ ਅਸੀਂ ਅੰਮ੍ਰਿਤਸਰ ਸਾਹਿਬ ਜਾਵਾਂ ਹੁਣ ਜਦੋਂ ਸੰਗਤ ਨੂੰ ਕਿਹਾ ਵੀ ਇੱਥੇ ਦਰਸ਼ਨ ਕਰ ਲਓ ਗੋਇੰਦਵਾਲ ਸਾਹਿਬ ਦੁਪਹਿਰ ਹੀ ਅੰਮ੍ਰਿਤਸਰ ਸਾਹਿਬ ਚੱਲਾਂਗੇ ਗੁਰੂ ਅਰਜਨ ਦੇਵ ਜੀ ਦੇ ਦਰਸ਼ਨ ਕਰਨ ਤੇ ਜਦੋਂ ਕਹਿੰਦੇ ਗੋਇੰਦਵਾਲ ਦਰਸ਼ਨ ਕਰਨ ਜਾਂਦੇ ਪਏ ਸੀ ਨਾ ਗਲੀਆਂ ਚੋਂ ਭਾਈ ਗੁਰਦਾਸ ਜੀ ਤੇ ਸ੍ਰੀ ਗੁਰੂ ਅਮਰਦਾਸ ਜੀ ਦੇ ਪਰਿਵਾਰ ਦੇ ਬੱਚੇ ਛੋਟੇ ਬੱਚੇ ਕਹਿੰਦੇ ਉਹ ਗਲੀ 'ਚ ਨਾ ਖੇਡਦੇ ਪਏ ਸੀ ਤੇ ਹੁਣ ਸੁਣਿਆ ਕਹਿੰਦੇ ਉਹ ਬੱਚੇ ਛੋਟੇ ਛੋਟੇ ਖੇਡਣ ਤੇ ਭਾਈ ਗੁਰਦਾਸ ਜੀ ਕੋਲੋਂ ਲੰਘਦੇ ਪਏ ਹੈ ਇੱਕ ਬੱਚੇ ਨੇ ਪਤਾ ਕੀ ਕਿਹਾ ਕਹਿੰਦੇ ਸਾਡੇ ਗੁਰੂ ਸਾਹਿਬ ਜਾਣ ਤੇ ਕੀ ਨਹੀਂ ਕਰ ਸਕਦੇ ਆਖੋ ਇੱਕ ਬੱਚੇ ਨੇ ਆ ਕਿਹਾ ਸਾਡੇ ਗੁਰੂ ਇੰਨੇ ਸਮਰੱਥ ਨੇ ਕੀ ਨਹੀਂ ਕਰ ਸਕਦੇ ਭਾਈ ਗੁਰਦਾਸ ਜੀ ਦੇ ਕੰਨਾਂ 'ਚ ਆਵਾਜ਼ ਪਈ ਤੇ ਹੁਣ ਦੂਜਾ ਬੱਚਾ ਪਤਾ ਕੀ ਕਹਿੰਦਾ ਕਹਿੰਦੇ ਜੇ ਮੇਰੇ ਸਤਿਗੁਰ ਜੀ ਜੇ ਚਾਹਣ ਤੇ ਇਦਾਂ ਵੀ ਕਰ ਦਿੰਦੇ ਇਹ ਭਾਣੇ ਦੀਆਂ ਗੱਲਾਂ ਹੈ ਰਮਜ ਦੀਆਂ ਗੱਲਾਂ ਕੋਈ ਸਿਆਣਾ ਹੰਡਿਆ ਬੰਦਾ ਇਹ ਗੱਲ ਕਵੇ ਤੇ ਸਮਝ ਆਵੇ ਛੋਟੇ ਛੋਟੇ ਬੱਚਿਆਂ ਦੇ ਕੰਨਾਂ ਚੋਂ ਜਦੋਂ ਦੂਜੇ ਬੱਚੇ ਨੇ ਗੱਲ ਕਹੀ ਨਾ ਮੇਰੇ ਸਤਿਗੁਰ ਜੀ ਚਾਹ ਤੇ ਇੰਜ ਵੀ ਭਾਣਾ ਵਰਤਾ ਦਿੰਦੇ ਆ ਆਖੋ ਕਹਿੰਦੇ ਆ ਦੂਜੀ ਗੱਲ ਭਾਈ ਗੁਰਦਾਸ ਜੀ ਨੂੰ ਇੰਨੀ ਵੱਜੀ ਬੱਚੇ ਨਿੱਕੇ ਨੇ ਕਿਉਂਕਿ ਸਿੱਖ ਦਾ ਕੰਮ ਹੈ ਸਿੱਖਣਾ ਆਖੋ ਉਹ ਸਿੱਖ ਨਹੀਂ ਹੁੰਦਾ ਜਿਹੜਾ ਕਹਿੰਦਾ ਵੀ ਮੈਨੂੰ ਸਾਰਾ ਆਉਂਦਾ ਗਿਆਨੀ ਸੰਤ ਜੀ ਮਸਕੀਨ ਕਹਿੰਦੇ ਜਦੋਂ ਤੁਰੇ ਸਾਂ ਤੇ ਸਮਝਦੇ ਸਾਂ ਸਭ ਕੁਝ ਆਉਂਦਾ ਪਰ ਕਹਿੰਦੇ ਘਾਲ ਨਾ ਘਾਲ ਘਾਲ ਕੇ ਘਾਲ ਘਾਲ ਕੇ ਜਦੋਂ ਬੰਦਾ ਕਿਸੇ ਅਵਸਥਾ ਤੱਕ ਪਹੁੰਚਦੇ
ਤੇ ਇੱਕੋ ਗੱਲ ਸਿੱਖਦਾ ਵੀ ਮੈਨੂੰ ਤੇ ਕੁਝ ਵੀ ਨਹੀਂ ਆਉਂਦਾ ਆਖੋ ਸਾਰੇ ਆਖੋ ਜੀ ਬਸ ਆ ਕਮਾਈ ਦੁਨੀਆ ਦੇ ਉਲਟ ਜਿਹੜੇ ਲੋਕੀ ਖੀਰਲੇ ਵੇਲੇ ਕਹਿੰਦੇ ਮੈਨੂੰ ਸਭ ਪਤਾ ਸਮਝੋ ਜੀਰੋ ਜਿਹੜਾ ਕਹਿੰਦਾ ਸਾਰੀ ਉਮਰ ਗਵਾ ਕੇ ਮੈਨੂੰ ਇਹ ਸਮਝ ਆ ਗਈ ਮੈਨੂੰ ਕੁਝ ਵੀ ਨਹੀਂ ਪਤਾ ਆਖੋ ਉਹ ਪਹੁੰਚਿਆ ਉਹ ਕਿਸੇ ਪਦ ਤੱਕ ਪਹੁੰਚਿਆ ਗਿਆਨ ਧਿਆਨ ਬੋਲੋ ਸਾਰੇ ਗਿਆਨ ਧਿਆਨ ਸਾਰ ਨਾ ਜਾਣ ਮਹਾਰਾਜ ਕਹਿੰਦੇ ਆ ਪੜ੍ਹਾਈ ਪੜ੍ਹ ਇਹ ਨਾ ਕਹਿ ਮੈਨੂੰ 40 ਸਾਲ ਹੋ ਗਏ ਸੇਵਾ ਕਰਦਿਆਂ ਮੈਨੂੰ ਸਭ ਪਤਾ ਹੈ ਆਖੋ ਜੀਰੋ ਹੈ ਤੂੰ ਪਹੁੰਚਿਆ ਕੌਣ ਹੈ ਜਿਹੜਾ ਇਹ ਅਵਸਥਾ ਤੇ ਪਹੁੰਚ ਗਿਆ ਗਿਆਨ ਧਿਆਨ ਕਿਛ ਸਾਰ ਨਾ ਜਾਣਾ ਸਭ ਤੇ ਵੱਡਾ ਜਿਨ ਕੱਲ ਬਸ ਇੰਨੀ ਗੱਲ ਆਉਣੀ ਚਾਹੀਦੀ ਹੈ ਮੇਰਾ ਗੁਰੂ ਸਭ ਤੋਂ ਵੱਡਾ ਮੈਨੂੰ ਕੁਝ ਵੀ ਨਹੀਂ ਪਤਾ ਆਖੋ ਹੁਣ ਭਾਈ ਗੁਰਦਾਸ ਜੀ ਦੀਆਂ ਨਾ ਬੱਚੇ ਦੇ ਕਹਿਣ ਤੇ ਦੋ ਅੱਖਾਂ ਖੁੱਲੀਆਂ ਪਹਿਲੇ ਉਹਨਾਂ ਦੀ ਹੋਮੇ ਟੁੱਟੀ ਵੀ ਜਿਹੜਾ ਮੈਂ ਸਮਝਦਾ ਪਿਆ ਸੀ ਨਾ ਦਰਿਆ ਪਾਰ ਕਰ ਲਿਆ ਕਹਿੰਦੇ ਨੇ ਤੇ ਹੋਮੇ ਮਾਰ ਦਿੱਤੀ ਏ ਵੀ ਇਹ ਬੱਚੇ ਛੋਟੇ ਨੇ ਪਰ ਮੈਨੂੰ ਸਿਖਾ ਰਹੇ ਨੇ ਮੇਰੇ ਸਤਿਗੁਰਾਂ ਤੇ ਇੰਜ ਵੀ ਕਰ ਦਿੰਦੇ ਹੈ ਵੀ ਇਹ ਮੈਂ ਕੁਝ ਨਹੀਂ ਕੀਤਾ ਸਤਿਗੁਰ ਜੀ ਨੇ ਕਿਰਪਾ ਕਰ ਦਿੱਤੀ ਆਖੋ ਪਹਿਲੀ ਗੱਲ ਆ ਕਹਿੰਦੇ ਦੂਜੀ ਬੱਚੇ ਨਿੱਕੇ ਨੇ ਪਰ ਭਾਣੇ ਦੀ ਪੌੜੀ ਤੇ ਚੜੇ ਹੋਏ ਤੇ ਭਾਈ ਗੁਰਦਾਸ ਜੀ ਨੇ ਫਿਰ ਚਿਰ ਨਹੀਂ ਲਾਇਆ ਸਿੱਧਾ ਗਏ ਉਹਨਾਂ ਬੱਚਿਆਂ ਦੇ ਪੈਰਾਂ ਤੇ ਮੱਥਾ ਟੇਕ ਦਿੱਤਾ ਜੀ ਆਖੋ ਹੁਣ ਐਡੇ ਵਿਦਵਾਨ ਐਡੀ ਅਵਸਥਾ ਦੇ ਮਾਲਕ ਭਾਈ ਗੁਰਦਾਸ ਜੀ ਛੋਟੇ ਛੋਟੇ ਬੱਚੇ ਉਹਨਾਂ ਨੂੰ ਮੱਥਾ ਟੇਕਦੇ ਤੇ ਜਦੋਂ ਮੱਥਾ ਟੇਕਿਆ ਹੁਣ ਦਰਸ਼ਨ ਪਰਸਨ ਕੀਤੇ ਤੇ ਹੁਣ ਚਾਲੇ ਪਾਏ ਅੰਮ੍ਰਿਤਸਰ ਹੁਣ ਵੇਖੋ ਇੱਥੇ ਮੈਂ ਗੱਲ ਸਮਾਪਤੀ ਕਰਨ ਲੱਗਾ ਜਦੋਂ ਅੰਮ੍ਰਿਤਸਰ ਚਾਲੇ ਪਾਏ ਗੌਰ ਕਰਿਓ ਕੀਰਤਨ ਕਰਦਿਆਂ ਜਾ ਰਹੇ ਤੇ ਹੁਣ ਮਨ ਦਾ ਪਤਾ ਨਹੀਂ ਨਾ ਹੁੰਦਾ ਕਦੋਂ ਓਵੇਂ ਆ ਜੇ ਕਦੋਂ ਕੋਈ ਫੁਰਨਾ ਗਲਤ ਬਣ ਜੇ ਤੇ ਹੁਣ ਫੁਰਨਾ ਪਤਾ ਕੀ ਬਣ ਗਿਆ ਅੰਮ੍ਰਿਤਸਰ ਗੁਰੂ ਅਰਜਨ ਦੇਵ ਜੀ ਦੇ ਦਰਸ਼ਨ ਕਰਨ ਜਾ ਰਹੇ ਤੇ ਚੱਲੇ ਪਹਿਲੀ ਵਾਰੀ ਸਨ ਦਰਸ਼ਨ ਅੱਗੇ ਗੁਰੂ ਅਰਜਨ ਦੇਵ ਜੀ ਦੇ ਕੀਤੇ ਹੋਏ ਸਨ ਪਰ ਉਦੋਂ ਗੁਰਿਆਈ ਨਹੀਂ ਸੀ ਮਿਲੀ ਗੁਰਿਆਈ ਮਿਲਣ ਤੋਂ ਬਾਅਦ ਪਹਿਲੀ ਵਾਰੀ ਜਾ ਰਹੇ ਆ ਤੇ ਮਨ ਵਿੱਚ ਫੁਰਨਾ ਕੀ ਬਣ ਗਿਆ ਵੀ ਜੇ ਗੁਰੂ ਅਰਜਨ ਦੇਵ ਜੀ ਮਹਾਰਾਜ ਪੂਰੇ ਨੇ ਕਿਉਂਕਿ ਇਹਨਾਂ ਨੂੰ ਗੁਰਿਆਈ ਮਿਲੀ ਜੇ ਪੂਰੇ ਨੇ ਤੇ ਜਿਹੜਾ ਮੇਰਾ ਅੱਜ ਬੱਚਿਆਂ ਨਾਲ ਕੌਤਕ ਵਰਤਿਆ ਨਾ ਬੱਚਿਆਂ ਨੇ ਆਹ ਗੱਲ ਕਹੀ ਤੇ ਮੈਂ ਮੱਥਾ ਟੇਕਿਆ ਜੇ ਗੱਲ ਪੂਰੇ ਨੇ ਤੇ ਮੈਨੂੰ ਅੰਮ੍ਰਿਤਸਰ ਜਾਵਾਂ ਤੇ ਮੈਨੂੰ ਬੱਚਿਆਂ ਦੀ ਗੱਲ ਆਪ ਦੱਸਣ ਆਖੋ ਸਾਰੇ ਆਖੋ ਜੀ ਹੁਣ ਗੌਰ ਕਰਿਓ ਐਡੇ ਵਿਦਵਾਨ ਪਰ ਇੱਕ ਫੁਰਨਾ ਅੰਦਰ ਰੱਖ ਲਿਆ ਵੀ ਜੇ ਪੂਰੇ ਨੇ ਜਿਵੇਂ ਭਾਈ ਮਨਸੁਖ ਆਇਆ ਸੀ ਨਾ ਉੱਥੋਂ ਲਾਹੌਰ ਤੋਂ ਉਹਨੇ ਗੁਰੂ ਨਾਨਕ ਸਾਹਿਬ ਜੀ ਦੇ ਦਰਸ਼ਨ ਕਰਨ ਲੱਗਾ ਤੇ ਫੁਰਨਾ ਬਣਾ ਲਿਆ ਸੀ ਜੇ ਮੇਰਾ ਨਾਮ ਲੈਣਗੇ ਫਿਰ ਸਮਝਾਂਗਾ ਪੂਰੇ ਤੁਸੀਂ ਕਦੀ ਏਦਾਂ ਦੀ ਤਰੇੜ ਨਾ ਰੱਖਿਆ ਕਰੋ ਗੁਰੂ ਘਰ ਆਣਾ ਕਦੀ ਤਰੇੜ ਨਾ ਬਣੇ ਤਰੇੜਾਂ ਫਿਰ ਝੋਲੀ ਨਹੀਂ ਜੇ ਭਰਵਾਉਂਦੀਆਂ ਸ਼ਰਧਾ ਨਾਲ ਝੋਲੀ ਭਰਦੀ ਹੁਣ ਭਾਈ ਗੁਰਦਾਸ ਜੀ ਦੇ ਅੰਦਰ ਫੁਰਨਾ ਆ ਗਿਆ ਹੁਣ ਮੈਂ ਸਮਾਪਤੀ ਕਰਾਂ ਛੋਟੀ ਗੱਲ ਕਰਨ ਲੱਗਾ ਬਹੁਤੀ ਸਮਝਿਓ ਜਦੋਂ ਆਏ ਅੰਮ੍ਰਿਤਸਰ ਦਰਸ਼ਨ ਪਰਸਨ ਕੀਤੇ ਪਦਾਰਥ ਸੰਗਤ ਨੇ ਪਦਾਰਥ ਰੱਖੇ ਕੋਈ ਦਸਵੰਧ ਰੱਖ ਰਿਹਾ ਕੋਈ ਭੇਟਾਂ ਦੇ ਰਿਹਾ ਕੋਈ ਵਸਤਰ ਕੋਈ ਪ੍ਰਸ਼ਾਦ ਕਹਿੰਦੇ ਸਾਰੀ ਸੰਗਤ ਭੁਗਤੀ ਤੇ ਜਦੋਂ ਭਾਈ ਗੁਰਦਾਸ ਜੀ ਕੋਲ ਬੈਠੇ ਤੇ ਧੰਨ ਗੁਰੂ ਅਰਜਨ ਦੇਵ ਜੀ ਪਤਾ ਕੀ ਕਹਿੰਦੇ ਕਹਿੰਦੇ ਭਾਈ ਗੁਰਦਾਸ ਜੀ ਅੱਜ ਸਵੇਰੇ ਕੀ ਹੋਇਆ ਤੁਸੀਂ ਏਡੇ ਵੱਡੇ ਤੁਸੀਂ ਏਡੇ ਵਿਦਵਾਨ ਤੁਸੀਂ ਏਡੇ ਸਿਆਣੇ ਤੁਸੀਂ ਛੋਟੇ ਛੋਟੇ ਬੱਚਿਆਂ ਨੂੰ ਮੱਥਾ ਕਿਉਂ ਟੇਕਿਆ ਆਖੋ ਹੁਣ ਜਿਉਂ ਹੀ ਗੁਰੂ ਅਰਜਨ ਦੇਵ ਜੀ ਦੇ ਰਸਨਾ ਤੋਂ ਆ ਬੋਲ ਆਏ ਨਾ ਵੀ ਤੁਹਾਨੂੰ ਉਹਨਾਂ ਬੱਚਿਆਂ ਨੂੰ ਮੱਥਾ ਕਿਉਂ ਟੇਕਣ ਦੀ ਲੋੜ ਪਈ ਤੇ ਭਾਈ ਗੁਰਦਾਸ ਜੀ ਉਸੇ ਵੇਲੇ ਸੀ ਝੁਕਾ ਕੇ ਕਹਿੰਦੇ ਤੁਹਾਡੇ ਵਿੱਚ ਤੇ ਗੁਰੂ ਨਾਨਕ ਵਿੱਚ ਕੋਈ ਭੇਦ ਨਹੀਂ ਲਾਓ ਜਕਾਰਾ ਸੰਗਤ ਐਸਾ ਮਨ ਵੇਚਿਆ ਗੁਰੂ ਅਰਜਨ ਦੇਵ ਜੀ ਦੇ ਚਰਨਾਂ 'ਚ ਕਿ ਵਾਕਈ ਧੰਨ ਗੁਰੂ ਅਰਜਨ ਦੇਵ ਜੀ ਤੁਸੀਂ ਗੁਰੂ ਨਾਨਕ ਦੀ ਪੰਜਵੀਂ ਜੋਤ ਉਹੀ ਰੂਪ ਹੈ ਆਖੋ ਗੁਰੂ ਅਰਜਨ ਪ੍ਰਤੱਖ ਹਰ ਭਨ ਮਥੁਰਾ ਕਛ ਭੇਦ ਨਹੀਂ ਗੁਰੂ ਅਰਜਨ
ਫਿਰ ਐਸਾ ਮਨ ਵਿੱਚਿਆ ਤੇ ਅੱਗੋਂ ਗੁਰੂ ਅਰਜਨ ਦੇਵ ਜੀ ਕਹਿੰਦੇ ਭਾਈ ਗੁਰਦਾਸ ਜੀ ਪਹਿਲੇ ਤੁਹਾਡੀ ਡਿਊਟੀ ਗੁਰੂ ਰਾਮਦਾਸ ਜੀ ਨੇ ਆਗਰੇ ਲਾਈ ਸੀ ਹੁਣ ਅਸੀਂ ਤੁਹਾਨੂੰ ਕਹਿੰਨੇ ਆ ਤੁਸੀਂ ਸਾਡੇ ਨਾਲ ਹੀ ਰਿਹਾ ਕਰੋ ਆਖੋ ਉਹਨਾਂ ਨੇ ਫਿਰ ਡਿਊਟੀ ਬਦਲ ਕੇ ਆਪਣੇ ਕੋਲ ਰੱਖਿਆ ਤੇ ਲਿਖਣ ਪੜਨ ਦੀਆਂ ਸਾਰੀਆਂ ਸੇਵਾਵਾਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਫਿਰ ਭਾਈ ਗੁਰਦਾਸ ਜੀ ਦੀ ਝੋਲੀ 'ਚ ਪਾਈਆਂ ਏਡੇ ਵੱਡੇ ਗੁਰੂ ਅਰਜਨ ਦੇਵ ਮਹਾਰਾਜ ਜਿਨ੍ਹਾਂ ਦਾ ਪਵਿੱਤਰ ਆਗਮਨ ਦਿਹਾੜਾ ਇਹ ਸਾਰੀ ਅੰਮ੍ਰਿਤ ਕੀਰਤਨ ਸੇਵਾ ਸੁਸਾਇਟੀ ਸ਼੍ਰੀ ਗੁਰੂ ਰਾਮਦਾਸ ਪ੍ਰਬੰਧਕ ਕਮੇਟੀ ਇੱਥੋਂ ਦੀ ਸਾਰੀ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਸਾਰੇ ਰਲ ਕੇ ਗੁਰੂ ਸਾਹਿਬ ਜੀ ਦੇ ਦਿਹਾੜੇ ਮਨਾ ਰਹੇ ਹੈ ਸਭਨਾਂ ਨੂੰ ਵਧਾਈ ਹੈ ਆਓ ਸ਼ਬਦ ਦੀਆਂ ਪੰਕਤੀਆਂ ਪੜ੍ਹ ਸਮਾਪਤੀ ਕਰੀਏ ਜੀ ਕੋਈ ਰਸਨਾ ਖਾਲੀ ਨਾ ਰਵੇ ਮੈਨੂੰ ਹੁਕਮ ਹੋਇਆ ਬਾਬਾ ਦੀਪ ਸਿੰਘ ਜੀ ਦੀ ਕਵਿਤਾ ਪੜ੍ਹਨ ਦਾ ਆਓ ਦੋ ਮਿੰਟ ਉਹ ਧਾਰਨਾ ਪੜ੍ਹ ਕੇ ਫਿਰ ਸਮਾਪਤੀ ਕਰਾਂਗੇ ਜਿੰਨੀ ਮਾਇਆ ਸੰਗਤ ਨੇ ਸਤਿਕਾਰਯੋਗ ਕੀਰਤਨ ਦੇ ਸਤਿਕਾਰ ਵਜੋਂ ਰੱਖੀਏ ਪ੍ਰਬੰਧਕਾਂ ਵੱਲੋਂ ਜਿੰਨੀ ਮਾਇਆ ਆਈਏ ਇਹ ਤੁਹਾਡੀ ਮਾਇਆ ਦਾ ਇੱਕ ਇੱਕ ਪੈਸਾ ਬਾਬੇ ਨਾਨਕ ਦੀ ਕਿਰਪਾ ਸਾਡੇ ਮਹਾਂਪੁਰਸ਼ ਭਾਈ ਸਾਹਿਬ ਭਾਈ ਗੁਰੂ ਇਕਬਾਲ ਸਿੰਘ ਜੀ ਬੀਬੀ ਗੋਲਾਂ ਜੀ ਵਾਲੇ ਉਹਨਾਂ ਦੇ ਉਦਮ ਨਾਲ ਸਤਿਕਾਰਯੋਗ ਮਾਤਾ ਵਿਪਨ ਪ੍ਰੀਤ ਕੌਰ ਜੀ ਸੰਗਤ 'ਚ ਬੈਠੇ ਨੇ ਉਹਨਾਂ ਦੇ ਸਹਿਯੋਗ ਨਾਲ ਇਹ ਤੁਹਾਡੀ ਸਾਰੀ ਮਾਇਆ ਜਿਵੇਂ ਤੁਹਾਨੂੰ ਸਭਨਾਂ ਨੂੰ ਪਤਾ ਵਿਧਵਾ ਬੀਬੀਆਂ ਦੇ ਮੁੱਖ 'ਚ ਰਾਸ਼ਨ ਬਣ ਕੇ ਹੋਸਪਿਟਲ ਗਰੀਬ ਮਰੀਜ਼ਾਂ ਦੇ ਮੁੱਝ ਦਵਾਈਆਂ ਬਣ ਕੇ ਪਹੁੰਚਦੀ ਏ ਸੋ ਗੁਰੂ ਮਹਾਰਾਜ ਜੀ ਮਿਹਰ ਕਰਨ ਸਾਰੇ ਕਿਰਪਾ ਕਰਿਓ ਤੇ ਆਪਾਂ ਆਓ ਸ਼ਬਦ ਦੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਜੀ ਧੰਨ ਬਾਬਾ ਦੀਪ ਸਿੰਘ ਜੀ ਹਰ ਥਾਂ ਸਹਾਈ ਹੋਣਾ ਜੀ ਧੰਨ ਬਾਬਾ ਦੀਪ ਸਿੰਘ ਜੀ ਸਕਤ ਬੋਲੋ ਜੀ ਵਾਹਿਗੁਰੂ ਆਪਣਾ ਬਿਰਧ ਸੰਭਾਲੇ ਬੋਲੋ ਜੇ ਆਪਣਾ ਬਿਰਧ ਸੰਭਾਲੇ ਹਾਥ ਦੇ ਰਾਖੇ ਆਪਣੇ ਕੋ ਸਾਸ ਸਾਸ ਪਾਲੇ ਵੈਰੋ ਸਾਸ ਪ੍ਰਿਤ ਪਾਲੇ ਪ੍ਰਭ ਸਿਉ ਲਾਗੇ ਪ੍ਰਭ ਸਿਉ ਲਾਗ ਰਿਓ ਮੇਰਾ ਜੀ ਆਦ ਅੰਤ ਪ੍ਰਭ ਸਦਾ ਸਹਾਈ ਧਨ ਹਮਾਰਾ ਮੀਤ ਧੰਨ ਬਾਬਾ ਦੀਪ ਸਿੰਘ ਜੀ ਹਰ ਥਾਂ ਸਹਾਈ ਹੋਣਾ ਜੀ ਵਾਹਿਗੁਰੂ ਸੰਗਤ ਵਾਲਾ ਜੀ ਸ
सारी संगत बोलो आया आया तुझे